ਕਈਆਂ ਦੇ ਫੇਸੇ ਉੱਤੋਂ ਦੇਖ ਲਈ ਕੁੜੇ ਨੀ ਦੇਖੀ ਮਿੱਤਰਾਂ ਨਾਲ ਰੱਖੀ ਹੋਈ ਖਾਰ ਦਿਖਦੀ ਕਹਿੰਦੇ ਉਹ ਕਦੇ ਆ ਕਰਨਾ ਇਹਨਾਂ ਨੇ ਕਬੱਲੀਏ ਸਵਾ ਕਰਨਾ ਸਾਲੇ ਕਰ ਕੀ ਤਾਂ ਦੇਖਣੇ ਨੋ 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 हाँ जी दोस्तों स्वागत है ਤੁਹਾਡਾ ਸਾਡੇ ਚੈਨਲ ਪੋਲੀਵਾਜ ਵਿੱਚ। ਦੋਸਤੋ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਤੇ ਕਰਨ ਔਜਲੇ ਦੀ ਕੰਟਰੋਵਰਸੀ ਬਾਰੇ। ਦੋਸਤੋ ਅੱਜ ਕਰਨ ਔਜਲੇ ਦੀ ਐਲਬਮ ਦਾ ਪਹਿਲਾ ਗਾਣਾ ਚੂ ਗੋਂਡੂ ਰਿਲੀਜ਼ ਹੋਇਆ, ਪਰ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਸ ਇਸ ਗਾਣੇ ਦਾ ਮਜ਼ਾਕ ਉਡਾਉਂਦੇ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਕਰਨ ਔਜਲੇ ਦਾ ਚੂ ਗੋਂਡੂ ਗਾਣਾ ਵਧੀਆ ਨਹੀਂ ਹੈ। ਦੋਸਤੋ ਥੋੜ੍ਹੇ ਹੀ ਟਾਈਮ ਪਹਿਲਾਂ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਕੁਝ ਸਟੋਰੀ ਸ਼ੇਅਰ ਕੀਤੀਆਂ ਨੇ, ਜਿਸ ਵਿੱਚ ਉਹ ਕਰਨ ਔਜਲੇ ਦੇ ਚੂ ਗੋਂਡੂ ਗਾਣੇ ਦਾ ਮਜ਼ਾਕ ਉਡਾਉਂਦਾ ਦਿਖਾਈ ਦਿੱਤਾ। ਦੋਸਤੋ ਤੁਹਾਡਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ? ਕੀ ਸੱਚਮੁੱਚ ਸਿੱਧੂ ਮੂਸੇਵਾਲਾ ਕਰਨ ਔਜਲੇ ਦੇ ਗਾਣੇ 'ਤੇ ਹੱਸਿਆ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰੋ। ਧੰਨਵਾਦ।